ਵਾਸਤੇ ਕੁਝ ਨਹੀਂ ਬਸ ਆਪਾਂ ਹੁਣ ਜਿਹੜੇ ਹੁਣ ਆਪਾਂ ਪੜ੍ਹੇ ਹਾਂ ਹੋਰ ਸਿਸਟਮ ਦੇ ਹਿਸਾਬ ਨਾਲ ਇੰਡੀਆ 'ਚ ਜਿਹੜੇ ਆਪਣੇ ਹੀ ਮਤਲਬ ਗਾਂਹ ਦੇ ਨਿਆਣੇ ਆ ਇੱਥੇ ਜੰਮੇ ਹੋਏ ਆ ਇੱਥੋਂ ਜੰਪ ਜੰਪ ਵਾਲਾ ਅਤੇ ਇੱਥੇ ਪੜ੍ਹੇ ਲਿਖੇ ਆ ਹੁਣ ਉਹਨਾਂ ਨੂੰ ਇਹ ਚੀਜ਼ ਮਹਿਸੂਸ ਹੀ ਨਹੀਂ ਹੁੰਦੀ ਹਲ ਜਿੱਦਾਂ ਉਹ ਇੰਨੇ ਕੱਪੜੇ ਮਤਲਬ ਪਾ ਕੇ ਆਪਣੇ ਇੰਡੀਆ 'ਚ ਉੱਥੇ ਬੈਠੀ ਹੁੰਦੀ ਆ ਕੋਈ ਹੁੰਦੀ ਉਹਨੂੰ ਆ ਸਾਰਾ ਪਿੰਡ ਉੱਥੇ ਦੇਖਣਾ ਇੱਥੇ ਕੋਈ ਨਹੀਂ ਧਿਆਨ ਦਿੰਦੀ ਆ ਕੀ ਜਾਣਾ ਮੇਰਾ ਪੁੱਲੇ ਪੁੱਲੇ ਰਹਿੰਦਾ ਪਹਿਲਾਂ ਚੰਗੀ ਰਹਿੰਦਾ ਹੁਣ ਚੰਗੇ ਲੱਗਦਾ ਵਾ ਬੁਲਾ ਦਿਆ ਸੀ ਮੈਂ ਚਾਚੂ ਮਤਲਬ ਜਿੱਦਾਂ ਹੁਣ ਆਪਣੇ ਫੋਨ ਕਿਤੇ ਜਾਈਦਾ ਮਤਲਬ ਚਲੋ ਸ਼ਾਮਾਂ ਨੂੰ ਆਪਾਂ ਕੀ ਕਰਦੇ ਹਾਂ ਵੀ ਜੇ ਕਿਸੇ ਨੇ ਕੱਪੜੇ ਘੱਟ ਪਾਇਆ ਜਾਂ ਕੈਪ ਪਾਈ ਆ ਤੁਸੀਂ ਉਹਦੇ ਵੱਲ ਦੇਖੀ ਜਾਣਾ ਉਹਨਾਂ ਨੇ ਕਹਿੰਦਾ